ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਅਸੀਂ ਦਿਲਰੁਬਾ ਦੇ ਅਗਲੇ ਪੜਾਅ ਵੱਲ ਜਾਵਾਂਗੇ। ਅੱਜ ਦਾ ਅਲੰਕਾਰ ਹੈ ਮੀਂਡ ਵਾਲਾ। ਸਲੋਅ ਵਿੱਚ ਵੀ ਜਾਵਾਂਗੇ, ਇਹ ਮੀਂਡ ਦੀ ਵਰਤੋਂ ਕਰੇਗਾ। ਡਬਲ 'ਚ ਜਾਵਾਂਗੇ, ਇਹ ਗਮਕ ਦੀ ਵਰਤੋਂ ਕਰੇਗਾ। ਆਓ ਅਸੀਂ ਇਸ ਨੂੰ ਵਜਾ ਕੇ ਦੇਖਦੇ ਹਾਂ। ਪਹਿਲਾਂ ਸਲੋਅ ਵਿੱਚ ਵਜਾਵਾਂਗੇ ਮੀਂਡ ਵਾਲੀ ਅਲੰਕਾਰ। ਸਰਗਮ ਕੀ ਹੈ? ਸਾ ਰੇ ਗਾ ਮਾ ਪਾ ਧਾ ਨੀ ਸਾ। ਠੀਕ ਹੈ ਜੀ, ਅਸੀਂ ਇਸ ਨੂੰ ਮੀਂਡ ਵਿੱਚ ਵਜਾਵਾਂਗੇ, ਹੌਲੀ ਹੌਲੀ ਤੇਜ਼ ਕਰਕੇ ਗਮਕ 'ਚ ਵਜਾਵਾਂਗੇ। ਮੀਂਡ ਸ਼ੁਰੂ ਕਿਵੇਂ ਕਰਨੀ ਹੈ? ਆਹ ਦੇਖੋ, ਸਾ ਰੇ ਦਾ ਬੰਦ, ਰੇ ਦੇ ਬੰਦ ਨੂੰ ਟੱਚ ਨਹੀਂ ਕਰਨਾ, ਹਵਾ ਤੋਂ ਹੀ ਰੇ ਤੋਂ ਸਾ ਲੈਣਾ। ਆਹ ਦੇਖੋ, ਫਿਰ ਦੇਖੋ, ਅਸੀਂ ਰੇ ਨੂੰ ਟੱਚ ਨਹੀਂ ਕੀਤਾ, ਉਹਦੇ ਉੱਤੋਂ ਹੀ ਹਵਾ ਨਾਲ ਅਸੀਂ ਸੁਰ ਸਾ 'ਤੇ ਲੈ ਕੇ ਆਏ, ਇਹ ਸਾ ਹੀ ਹੈ। ਫਿਰ ਦੇਖੋ, ਫਿਰ ਦੇਖਿਓ ਦੁਬਾਰਾ, ਵਾਪਸੀ, ਹੁਣ ਅਸੀਂ ਇਸ ਨੂੰ ਡਬਲ ਕਰਾਂਗੇ। ਹੁਣ ਡਬਲ ਤੋਂ ਅਸੀਂ ਇਸਨੂੰ ਥੋੜ੍ਹੀ ਚੋਗਣ 'ਚ ਲੈ ਕੇ ਜਾਵਾਂਗੇ। Yeah.
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।